अक्सर ही विरोधी पार्टियां किसी ना किसी मामले नूं लैके सरकार नूं घेरदियां रहिंदियां ने। आम आदमी पार्टी दे नेता हरपाल सिंह चीमा वालों पंजाब सरकार ते निशाना साधिया गया। दरअसल उन्हां वालों अमृतसर विखे धरना दिता गया। इसी दौरान उन्हां दा कहना है कि सूबे दे विच गुंडा राज ज्यादा हो गया ਅਤੇ ਝੂਠੇ ਪਰਚੇ ਦਰਜ ਹੋ ਰਹੇ ਨੇ। ਅਮਨ ਕਾਨੂੰਨ ਦੀ ਸ਼ਾਂਤੀ ਭੰਗ ਹੁੰਦੀ ਨਜ਼ਰ ਆ ਰਹੀ ਹੈ ਤੇ ਚੋਣਾਂ ਨੇੜੇ ਕਾਂਗਰਸ ਦੇ ਦੋਨੋਂ ਧੜੇ ਆਪਸ ਦੇ ਵਿੱਚ ਲੜ ਰਹੇ ਨੇ, ਜਦਕਿ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਸੱਤਾ 'ਚ ਆਉਣ ਤੋਂ ਪਹਿਲਾਂ ਦੇ ਵਾਅਦੇ ਵੀ ਯਾਦ ਕਰਵਾਏ ਗਏ ਨੇ। ਪੰਜਾਬ ਪੁਲਿਸ ਦਾ ਸਿਆਸੀਕਰਨ ਕੀਤਾ ਹੋਇਆਗਾ, ਸਮੁੱਚੀ ਪੰਜਾਬ ਪੁਲਿਸ ਜਿਹੜੀਆਂ ਉਹਦਾ ਕਾਂਗਰਸੀਕਰਨ ਕੀਤਾ ਹੋਇਆਗਾ। ਅੱਜ ਸਾਰੇ ਥਾਣਿਆਂ ਦੇ ਵਿੱਚ ਝੂਠੇ ਪਰਚੇ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਦਰਜ ਹੋ ਰਹੇ ਨੇ ਵੀ ਉਹ ਮਾਝੇ ਦੀ ਧਰਤੀ ਦੇ ਉੱਤੇ ਮੈਂ ਦੇਖ ਰਿਹਾ ਹੈਗਾ ਜਿੰਨੇ ਵੀ ਪੁਲਿਸ ਅਫਸਰ ਲੱਗੇ ਹੋਏ ਨੇਗੇ ਸਾਰਿਆਂ ਦਾ ਸਿਆਸੀਕਰਨ ਹੋ ਚੁੱਕਿਆ ਹੈਗਾ। ਸਾਰੇ ਮਾਝੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜੇਕਰ ਪਰਚੇ ਝੂਠੇ ਪਰਚੇ ਹੋ ਰਹੇ ਨੇ ਤਾਂ ਉਹ ਅੰਮ੍ਰਿਤਸਰ ਤਰਨ ਤਾਰਨ ਦੇ ਵਿੱਚ ਹੋ ਰਹੇ ਨੇ, ਗੁਰਦਾਸਪੁਰ ਦੇ ਵਿੱਚ ਹੋ ਰਹੇ ਨੇਗੇ। ਅਮਨ ਕਾਨੂੰਨ ਨਾਂ ਦੀ ਇੱਥੇ ਕੋਈ ਚੀਜ਼ ਹੈ ਨੀ, ਮੈਂ ਸਮਝਦਾ ਇੱਥੇ ਗੋਡਿਆਂ ਦਾ ਰਾਜ ਹੈਗਾ। ਕਾਂਗਰਸ ਪਾਰਟੀ ਜਿਹੜੀ ਆ ਮਹਿਜ ਚੰਦ ਦਰਾਂ ਦੀ ਪਰਾਉਣੀ ਰਹਿ ਚੁੱਕੀ ਆ, ਪੂਰੇ ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਖਤਮ ਹੋ ਚੁੱਕੀ ਆ। ਪੂਰੇ ਦੇਸ਼ ਦੇ ਵਿੱਚ ਦੋ ਤਿੰਨ ਸੀਟਾਂ ਦੇ ਵਿੱਚ ਰਾਜ ਹੈਗਾ ਔਰ ਪੰਜਾਬ ਵਿੱਚ 2022 ਦੇ ਵਿੱਚ ਚੋਣਾਂ ਬਿਲਕੁਲ ਨਜ਼ਦੀਕ ਨੇ ਗਈਆਂ ਔਰ ਦੋ ਜਿਹੜੇ ਕਾਂਗਰਸੀ ਨੇ ਆਪਸ ਵਿੱਚ ਲੜ ਰਹੇ ਨੇ, ਸਭ ਬੱਚੇ ਬੱਚੇ ਨੂੰ ਪਤਾ ਗਾ। ਇੱਕ ਪਾਸੇ ਨੂੰ ਕਾਂਗਰਸ ਦੀ ਗੱਡੀ ਜਿਹੜੀ ਆ ਨਵਜੋਤ ਸਿੰਘ ਸਿੱਧੂ ਖਿੱਚ ਰਿਹਾ ਔਰ ਦੂਜੇ ਪਾਸੇ ਨੂੰ ਕੈਪਟਨ ਸਾਹਿਬ ਖਿੱਚ ਰਹੇ ਨੇਗੇ। ਔਰ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਸਿਚੁਏਸ਼ਨ ਹੀ ਹੈ ਨੀ, ਕੋਈ ਸਥਿਤੀ ਉਹ ਹੈ ਨੀ। ਪੰਜਾਬ ਵਿੱਚ ਦੋਨੇ ਜਿਹੜੇ ਹੈ ਧੜੇ ਨੇ ਉਹ ਆਪਣੀ ਆਪਣੀ ਕੁਰਸੀ ਬਚਾ ਰਹੇ ਨੇਗੇ। ਕੈਪਟਨ ਸਾਹਿਬ ਦਿੱਲੀ ਦਰਬਾਰ ਜਾ ਕੇ ਕੁਰਸੀ ਬਚਾਉਂਦੇ ਨੇਗੇ, ਨਵਜੋਤ ਸਿੰਘ ਜਾ ਕੇ ਦਿੱਲੀ ਦਰਬਾਰ ਆਪਣੀ ਕੁਰਸੀ ਬਚਾਉਂਦੇ ਨੇਗੇ। ਇਹਨਾਂ ਨੂੰ ਪੰਜਾਬ ਦੇ ਲੋਕਾਂ ਕੋਲੋਂ ਕੋਈ ਸਰੋਕਾਰ ਨੀ ਹੈਗਾ। ਅੱਜ ਪੰਜਾਬ ਵਿੱਚ ਵੈਕਸੀਨ, ਅੱਜ ਕੋਰੋਨਾ ਦੀ ਵੈਕਸੀਨ ਪੰਜਾਬ ਵਿੱਚ ਖਤਮ ਆ ਔਰ ਦੂਜੇ ਪਾਸੇ ਸਕੂਲ ਓਪਨ ਕਰਤੇ, ਸਕੂਲ ਖੋਲਤੇ। ਮੈਂ ਤਾਂ ਤੁਹਾਡਾ ਸਾਂਝਾ ਕਰ ਰਿਹਾ ਕਿ ਪੰਜਾਬ ਦੇ ਅਸਲ ਮੁੱਦੇ ਵਿਸਾਰ ਕੇ ਕਾਂਗਰਸ ਪਾਰਟੀ ਨੇ, ਅਸਲ ਮੁੱਦੇ ਲੋਕਾਂ ਦੇ ਵਿਸਾਰ ਕੇ ਜਿਹੜਾ ਹੈਗਾ ਅੱਜ ਗੁੰਡਾਗਰਦੀ ਤੇ ਕਾਂਗਰਸ ਪਾਰਟੀ ਉਤਰੀ ਹੋਈ ਹੈ। ਕਿਉਂਕਿ ਪੰਜਾਬ ਵਿੱਚ ਸਾਢੇ 4 ਸਾਲ ਦੇ ਵਿੱਚ ਨਾ ਘਰ ਘਰ ਰੁਜ਼ਗਾਰ ਮਿਲਿਆ,